ਅੱਜ ਇਹ ਜਿਹੜੀ ਕਰੋਨਾ ਦੀ ਬਿਮਾਰੀ ਹੈ ਉਹਦੇ ਆਪਾਂ ਜਿਹੜਾ ਲਾਕਡਾਊਨ ਔਰ ਕਰਫਿਊ ਕੀਤਾ ਸੀ ਪੰਜਾਬ ਦੇ ਵਿੱਚ ਉਹਦੀ 38ਵਾਂ ਦਿਨ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਕਿਹਾ ਸੀ ਕਿ ਮੈਂ ਸਮਝਦਾ ਕਿ ਤੁਹਾਡੀ ਤਕਲੀਫ ਕੀ ਹੈ ਘਰਾਂ 'ਚ ਬੈਠਣਾ ਬੜਾ ਔਖਾ ਹੁੰਦਾ ਹੈ ਲੋਕ ਆਪਣੇ ਘਰਾਂ 'ਚ ਬਹਿ ਕੇ ਕਿਸੇ ਛੋਟੇ ਜਿਹੇ ਕਮਰੇ ਸਾਰੇ 1 ਦਿਨ 2 ਦਿਨ 3 ਦਿਨ ਤਾਂ ਠੀਕ ਹੈ ਪਰ 38 ਦਿਨ ਕਰਨਾ ਬਹੁਤ ਵੱਡੀ ਕੁਰਬਾਨੀ ਤੁਹਾਡੀ ਰਹੀ ਹੈ لیکن اے قربانی ਤੁਸੀਂ ਕੀਤੀ ہے اپنے پنجاب ਲਈ اپنے ਜਾਨ ਦੇ ਸਾਥੀਆਂ ਲਈ ਆਪਣੇ ਰਿਸ਼ਤੇਦਾਰ ਜਿਹੜੇ ਪੰਜਾਬ ਚ ਵਸਦੇ ਨੇ ਇਹਦੀ ਲੋੜ ਸੀ ਤੁਸੀਂ ਦੁਨੀਆ ਸਾਰਾ ਦੇਖੋ ਜਿਹੜਾ ਕੁਝ ਹੋ ਰਿਹਾ ਹੈ ਅਮਰੀਕਾ ਤੁਸੀਂ ਹੁਣ ਅੱਜ ਦੇਖਦੇ ਹੋ 50 ਹਜ਼ਾਰ ਬੰਦੇ ਮਰ ਗਏ ਨੇ ਇਸ ਬਿਮਾਰੀ ਨਾਲ ਔਰ 10 ਲੱਖ ਦੇ ਕਰੀਬ ਉਹਨਾਂ ਨੂੰ ਕਰੋਨਾ ਹੋਇਆ ਹੋਇਆ ਤੇ ਇਹ ਸਾਰੇ ਕਿਤੇ ਦੁਨੀਆ 'ਚ ਚੱਲ ਰਿਹਾ ਹੈ ਯੂਕੇ ਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਉਹਨਾਂ ਦੇ ਉਨ ਕੋਰੋਨਾ ਤੇ ਉੱਠੇ ਨੇ ਬਾਕੀ ਜਰਮਨੀ ਹੋਏ ਅਮਰੀਕਾ ਕੈਨੇਡਾ ਹੋਏ ਤੁਹਾਡੀ ਸਚਨਡ ਹੋਏ ਆਸਟਰੀਆ ਹੋਏ ਕੋਈ ਮੁਲਕ ਨਹੀਂ ਛੜਿਆ ਜਿੱਥੇ ਇੱਕ ਚੀਜ਼ ਨਹੀਂ ਫੈਲੀ ਹੋਈ ਅਸੀਂ ਕੁਝ ਦਿਨਾਂ ਤੋਂ ਜਿਹੜਾ ਅਸੀਂ ਕਦਮ ਚੱਕੇ ਹਿੰਦੁਸਤਾਨ ਚ ਅਸੀਂ ਜਿਹੜਾ ਕਰਫਿਊ ਲਗਿਆ ਜਿਹੜਾ ਲਾਕਡਾਊਨ ਲਗਿਆ ਲਾਕਡਾਊਨ ਤੋਂ ਵੱਧ ਕੇ ਅਸੀਂ ਕਰਫਿਊ ਲਾਇਆ ਸੀ ਪੰਜਾਬ ਚ ਏਸੀ ਕੰਮ ਚ ਕਿ ਜਿੰਨਾ ਅਸੀਂ ਘੱਟ ਕਰ ਸਕਦੇ ਹਾਂ ਜਿੰਨਾ ਆਪਾਂ ਸੋਸ਼ਲ ਮਿਕਸਿੰਗ ਨੂੰ ਅਵੋਇਡ ਕਰ ਸਕਦੇ ਹਾਂ ਇਹ ਸਾਰੀਆਂ ਗੱਲਾਂ ਦੇ ਨਾਲ ਪੰਜਾਬ ਦਾ ਔਰ ਤੁਹਾਡਾ ਸਾਰਿਆਂ ਦਾ ਭਲਾ ਹੋਵੇ ਲੋਕਾਂ ਨੂੰ ਜਿਹੜੀ ਬਿਮਾਰੀ ਆ ਬਿਮਾਰੀ ਦੂਰ ਹੋ ਅੱਜ 313 ਸਾਡੇ ਕੇਸ ਨੇ ਸੋ ਇਹ ਚੀਜ਼ ਚੱਲਨੀ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਦੁਨੀਆ ਚੱਲ ਰਹੀ ਹੈ ਇਹ ਬਿਮਾਰੀ ਇਹ ਬਿਮਾਰੀ ਰੁਕਣ ਵਾਲੀ ਨਹੀਂ ਜਲਦੀ ਇਸ ਬਿਮਾਰੀ ਨੇ ਅੱਗੇ ਨੂੰ ਫੈਲਣਾ ਹੈ ਔਰ ਜੈਸੇ ਦੱਸਿਆ ਜਾ ਰਿਹਾ ਹੈ ਮਹਾਰਾਜ ਕਿ ਅੱਜ ਇਹ ਅਸ਼ਾ ਜੁਲਾਈ ਤੱਕ ਇਹ ਸ਼ਾਇਦ ਅਗਸਤ ਤੱਕ ਜਾਂ ਸਪਟੰਬਰ ਤੱਕ ਇਹ ਜਾ ਸਕੀ ਕੁਝ ਨੂੰ ਕੁਝ ਪਤਾ ਨਹੀਂ ਕਿਉਂਕਿ ਬਿਮਾਰੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ ਤਾਂ ਅੱਜ ਜਿਹੜਾ ਤੁਹਾਨੂੰ ਮੈਂ ਕਿਹਾ ਸੀਗਾ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਰਾਹਤ ਦਿੱਤੀ ਜਾਵੇ ਅਸੀਂ ਅੱਜ ਫੈਸਲਾ ਕੀਤਾ ਕਿ ਅਸੀਂ ਡੇਲੀ 7 ਵਜੇ ਤੋਂ ਲੈ ਕੇ 11 ਵਜੇ ਸਵੇਰੇ ਅਸੀਂ ਇਹ ਲਾਕਡਾਊਨ ਲਿਫਟ ਹੋਊਗਾ ਤੁਸੀਂ ਬਾਹਰ ਆ ਸਕਦੇ ਹੋ ਆਪਣੇ ਕਰਾਚੋ ਦੁਕਾਨਾਂ ਖੁੱਲੀਆਂ ਹੋਣਗੀਆਂ 7 ਵਜੇ ਤੋਂ ਲੈ ਕੇ 11 ਵਜੇ ਤੱਕ ਉੱਥੇ ਵੀ ਤੁਸੀਂ ਜਾ ਸਕਦੇ ਹੋ ਔਰ ਪਰ ਫਿਰ 11 ਵਜੇ ਵਾਪਸ ਆ ਕੇ ਫਿਰ ਲਾਕਡਾਊਨ ਹੀ ਰਹੇਗਾ ਇਹ ਜਿਹੜਾ ਲਾਕਡਾਊਨ ਔਰ ਕਰਫਿਊ ਹਾਲੇ ਅਸੀਂ 2 ਹਫ਼ਤੇ ਦਾ ਕਮ ਸੇ ਕਮ ਇਸ ਨੂੰ ਅੱਗੇ ਰੱਖਾਂਗੇ ਫਿਰ ਆਪਾਂ ਨੂੰ ਹਾਲਾਤ ਦੇਖਣੇ ਪੈਣਗੇ ਲੇਕਿਨ ਤੁਹਾਨੂੰ ਥੋੜੀ ਜਿਹੀ ਰਾਤ ਮਿਲੂ ਤਾਂ ਕਿ ਤੁਸੀਂ ਬਾਹਰ ਜਾ ਕੇ ਕਰਾਚੋ ਵਿੱਚੋਂ ਨਿਕਲ ਕੇ ਆਪਣੀ ਦੁਕਾਨਾਂ ਤੁਸੀਂ ਜਾ ਸਕੋ ਔਰ ਦੂਜੀ ਗੱਲ ਜਿਹੜੀ ਲੋਡ ਹੈ ਪੰਜਾਬ ਨੂੰ ਵੀ ਔਰ ਸਾਡੇ ਲੋਕਾਂ ਨੂੰ ਜਿਹੜੇ ਕੰਮ ਆਪਣੀ ਦਿਹਾੜੀ ਕਰਦੇ ਨੇ ਅਸੀਂ ਇੰਡਸਟਰੀ ਨੂੰ ਖੋਲਣਾ ਚਾਹੁੰਦੇ ਆ ਉਹ ਇੰਡਸਟਰੀ ਜਿਹੜੇ ਆਪਣੇ ਲੇਬਰ ਨੂੰ ਸੰਭਾਲ ਸਕਣ ਔਰ ਜਿਹੜੀ ਲੇਬਰ ਉਹਨਾਂ ਦੇ ਨੇੜੇ ਹੀ ਰਹੇ ਜਾਂ ਤਾਂ ਵਿੱਚ ਉਹਨਾਂ ਦੇ ਏਰੀਆ 'ਚ ਰਹੇ ਜਾਂ ਨੇੜੇ ਰਹੇ ਉਹ ਆਪਣੀ ਲੇਬਰ ਆਪਣੀ ਇੰਡਸਟਰੀ ਚਾਲੂ ਚਾਲੂ ਕਰੋ ਤਾਂ ਕਿ ਤੁਸੀਂ ਵੀ ਆਪਣਾ ਇੰਡਸਟਰੀ ਨੂੰ ਇੱਕ ਵਾਰ ਫੇਰ ਚਾਲੂ ਵੀ ਕਰੀਏ ਔਰ ਪੰਜਾਬ ਦਾ ਵੀ ਉਹਦੇ 'ਚ ਭਲਾ ਆਏ ਔਰ ਲੋਕਾਂ ਨਾਲ ਜਿਹੜੇ ਉੱਤੇ ਆਪਣੀ ਦਿਹਾੜੀ ਵਗੈਰਾ ਉੱਥੇ ਲੈ ਸਕਣ ਸੋ ਇੱਕ ਤਾਂ ਥੋੜਾ ਇੰਡਸਟਰੀ ਅਸੀਂ ਚਾਲੂ ਕਰਨਾ ਚਾਹੁੰਦੇ ਆ ਇੱਕ ਅਸੀਂ ਦੁਕਾਨਾਂ ਖੁਲਵਾਉਣਾ ਚਾਹੁੰਦੇ ਆ ਇੱਕ ਤੁਹਾਨੂੰ ਚਾਰ ਘੰਟੇ ਦੀ ਰਾਹਤ ਦੇਣਾ ਚਾਹੁੰਦੇ ਆ ਕਿ ਤੁਸੀਂ ਬਾਹਰ ਜਾ ਕੇ ਆਪਣੇ ਦੁਕਾਨਾਂ ਜਿੱਥੇ ਤੁਸੀਂ ਜਾਣਾ ਹੋ ਹੋਏ ਆਪਣੇ ਉੱਥੇ ਜਾਓ ਲੇਕਿਨ ਇਹਦੇ ਨਾਲ ਹੀ ਮੈਂ ਇਹ ਵੀ ਬੇਨਤੀ ਕਰਾਂਗਾ ਕਿ 11 ਵਜੇ ਤੁਸੀਂ ਵਾਪਸ ਆਪਣੇ ਘਰਾਂ ਜਾਓ ਔਰ ਲਾਕਡਾਊਨ ਔਰ ਕਰਫਿਊ ਰਹੇਗਾ ਉਹ ਰਹੇਗਾ 2 ਹਫ਼ਤੇ ਤੱਕ ਕਮ ਸੇ ਕਮ ਔਰ ਫਿਰ ਤੁਹਾਨੂੰ ਆਪਾਂ ਦੇਖਾਂਗੇ ਉਹਦੋਂ ਹਾਲਾਤ ਕੀ ਬਣਦੇ ਨੇ ਲੇਕਿਨ ਅੱਜ ਮੇਰੀ ਇੱਕੋ ਬੇਨਤੀ ਹੈ ਤੁਹਾਨੂੰ ਕਿ ਇਹਦਾ ਇਹਦੀ ਕੋਈ ਇਲਾਜ ਨਹੀਂ ਸਿਰਫ ਇਲਾਜ ਹੈ ਸੋਸ਼ਲ ਮਿਕਸਿੰਗ ਆਪਾ ਨਾ ਕਰੀਏ ਤਾਂ ਅੱਜ ਵੀ ਜਦ ਤੁਸੀਂ ਬਾਹਰ ਜਾਓਗੇ ਪਲੀਜ਼ ਆਪਣਾ ਡਿਸਟੈਂਸ ਮੇਨਟੇਨ ਕਰੋ ਉਹ ਜਿਹੜਾ 2 ਮੀਟਰ ਦੂਰ ਰਹਿਣਾ ਚਾਹੀਦਾ ਹੈ ਆਪਣੇ ਮਾਸਕ ਪਾਓ ਔਰ ਅੰਦਰ ਜਦ ਤੁਸੀਂ ਘਰ ਆਉਂਦੇ ਹੋ ਆ ਕੇ ਤੁਸੀਂ ਉੱਥੇ ਵੀ ਆਪਣੇ ਆਪਣੇ ਆਪ ਹੀ ਆਪਣੇ ਫੈਮਿਲੀ ਦੇ ਨਾਲ ਹੀ ਤੁਸੀਂ ਉੱਥੇ ਰਹੋ ਐ ਨਹੀਂ ਕਿ ਦੋਸਤਾਂ ਨੂੰ ਆਪਾਂ ਬੁਲਾ ਲਓ ਜਾਂ ਕੁਝ ਕੁਝ ਕਰੋ ਉਹਦੇ ਨਾਲ ਇਹ ਗੱਲ ਫਿਰ ਗੜਬੜ ਹੋ ਸਕਦੀ ਹੈ ਔਰ ਮੇਰੀ ਕੋਸ਼ਿਸ਼ ਹੋਏਗੀ ਅਗਰ 2 ਹਫ਼ਤੇ ਤੱਕ ਤੁਸੀਂ ਇੱਥੇ ਆਪਣਾ ਕਰੋਨਾ ਕੁਝ ਕੰਟਰੋਲ ਦੇ ਵਿੱਚ ਰਵੇ ਫਿਰ ਆਪਾਂ ਕੁਝ ਹੋਰ ਸਕਦੇ ਆਂ ਔਰ ਕੁਝ ਕਰਨ ਦਾ ਆਪਾਂ ਸੋਚ ਸਕਦੇ ਆਂ ਜਿਵੇਂ ਆਪ ਨੂੰ ਪਤਾ ਹੈ ਆਪਣੇ ਕਈ ਪੰਜਾਬੀ ਬਾਹਰ ਆਪਣੇ बसे ਹੋਏ ਨੇ ਕੋਈ ਜੂਰ ਸਾਹਿਬ ਵਿੱਚ ਹੈ ਕੋਈ ਅਜਮੇਰ ਵਿੱਚ ਨੇ ਕੋਈ ਕੋਟਾ ਦੇ ਵਿੱਚ ਨੇ ਕੋਈ ਕਿਤੇ ਨੇ ਪਹਾੜਾਂ ਦੇ ਵਿੱਚ ਨੇ ਕੋਈ ਕੋਈ ਯੂਪੀ ਤੋਂ ਆਣਾ ਚਾਹੁੰਦੇ ਕੋਈ ਹਰਿਆਣੇ ਦੇ ਵਿੱਚ ਬਸੇ ਹੋਏ ਨੇ ਤੇ ਸਾਡੀ ਡਿਊਟੀ ਹੈ ਉਹਨਾਂ ਨੂੰ ਕਿ ਅਗਰ ਆਉਣਾ ਚਾਹੁੰਦੇ ਨੇ ਆਪਣੇ ਘਰ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹ ਘਰ ਆਉਣ 'ਚ ਲੇਕਿਨ ਕਿਉਂਕਿ ਇਹ ਬਾਰੋਂ ਬੜੀ ਇਹ ਕੋਵਿਡ ਦੀ ਬਿਮਾਰੀ ਫੈਲੀ ਹੋਈ ਹੈ ਤੋ ਜਦੋਂ ਆਉਣਗੇ ਅਸੀਂ ਉਹਨਾਂ ਨੂੰ ਕੁਆਰੰਟੀਨ ਦੇ ਵਿੱਚ ਸਾਨੂੰ ਕਰਨਾ ਪਊ ਔਰ 21 ਦਿਨ ਉਹਨਾਂ ਨੂੰ ਉਹਦੇ ਵਿੱਚ ਰਹਿਣਾ ਪਊ ਔਰ ਉਹਦਾ ਪ੍ਰਬੰਧ ਅਸੀਂ ਕੀਤਾ ਹੋਇਆ ਹੈ ਔਰ ਜ਼ਿਲ੍ਹੇ ਦੇ ਵਿੱਚ ਤਾਂ ਕਿ ਉਹਨਾਂ ਦੀ ਉੱਥੇ ਰਹਿائش ਔਰ ਰੋਟੀ ਵਗੈਰਾ ਦਾ ਸਾਰਾ ਪ੍ਰਬੰਧ ਹੋਏ ਲੇਕਿਨ ਇਹ ਜ਼ਰੂਰੀ ਹੈ ਇਹ ਜ਼ਰੂਰੀ ਇਸ ਲਈ ਹੈ ਕਿ ਅਗਰ ਐਸੇ ਕੋਈ ਬਿਮਾਰੀ ਲੈ ਕੇ ਕੋਈ ਹੋਰ ਆ ਜਾਏ ਜੈਸੇ ਸ਼ੁਰੂਆਤ ਕਿਤੋਂ ਹੋਈ ਸੀ ਸ਼ੁਰੂਆਤ ਹੋਈ ਸੀ ਜਦੋਂ ਸਾਡੇ ਐਨ ਆਰ ਆਈ ਐਸ ਔਰ ਨਵਾਂ ਸ਼ਹਿਰ ਤੋਂ ਇੱਕ ਇੱਕ ਬੰਦੇ ਤੋਂ ਉੱਥੇ ਸ਼ੁਰੂਆਤ ਹੋਈ ਜਾਂ ਨizamuddin ਦੇ ਵਿੱਚੋਂ ਜਿਹੜਾ ਫੰਕਸ਼ਨ ਹੋਇਆ ਸੀ ਉੱਥੋਂ ਆ ਕੇ ਮਾਨਸਾ ਔਰ ਸੰਗਰੂਰ ਦੇ ਵਿੱਚੋਂ ਉੱਥੋਂ ਫੈਲਿਆ ਤੇ ਅਸੀਂ ਬਾਹਰਲੀ ਹੁਣ ਕੰਟਰੋਲ ਉਰੇ ਕਰ ਰਹੇ ਆ ਅਸੀਂ ਚੰਗੀ ਤਰ੍ਹਾਂ ਅਸੀਂ ਇਹ ਨਹੀਂ ਚਾਹੁੰਦੇ ਕਿ ਹੁਣ ਬਾਹਰ ਹੋ ਕੇ ਇਹ ਬਿਮਾਰੀ ਫੇਰ ਕਿਸੇ ਤਰ੍ਹਾਂ ਹੀ ਉਰੇ ਆਏ ਤਾਂ ਕਿ ਤੁਹਾਨੂੰ ਇਹ ਆਖ ਜਰੂਰ ਹੋ ਥੋੜੇ ਦਿਨਾਂ ਵਾਸਤੇ ਲੇਕਿਨ ਆਪਣੇ ਪੰਜਾਬ ਵਾਸਤੇ ਔਰ ਆਪਣੇ ਪਰਿਵਾਰਾਂ ਵਾਸਤੇ ਤੁਹਾਨੂੰ ਇਹ ਇਹ ਜ਼ਰੂਰੀ ਹੈ ਕਿ ਤੁਸੀਂ ਇੱਕ ਕਦਮ ਚੱਕੋ ਔਰ ਸਰਕਾਰ ਤੋਂ ਇੱਕ ਕਦਮ ਚੱਕ ਕੇ ਤੁਹਾਨੂੰ ਕੁਆਰੰਟੀਨ ਦੇ ਵਿੱਚ ਰੱਖੇ ਕੁਝ ਦਿਨਾਂ ਵਾਸਤੇ